ਛੋਟੇ ਜਿਹੇ ਬੱਚੇ ਦਾ ਭਰੋਣਾ ਹੈ ਜੋ ਕਿ ਮਤਲਬ ਕੁੱਤਾ ਕੜੀ ਸੀ ਕਹਿੰਦਾ ਸੀ ਥੋੜੇ ਥੋੜੇ ਬਾਲ ਸੀ ਮਤਲਬ ਕੁਛ ਉਹਦੀ ਪਹਿਚਾਣ ਨਹੀਂ ਆਈ ਹੈਗੀ ਕੁੱਤਿਆਂ ਨੇ ਬਹੁਤ ਬੁਰੀ ਹਾਲਤ ਉਹਦੀ ਕੀਤੀ ਹੋਈ ਸੀ ਇਹ ਹਮਲੋ ਸਾਈਡ ਤੋਂ ਇੱਕ ਕੁੱਤਾ ਆਪਣੇ ਮੂੰਹ 'ਚ ਪਾ ਕੇ ਲੈ ਕੇ ਆ ਰਿਹਾ ਸੀਗਾ ਜੀ ਅੱਛਾ ਇਹ ਇੱਥੇ ਗਿਰ ਗਿਆ ਲੜਕੀ ਹੈ ਜਾਂ ਲੜਕਾ ਹੈ ਲੜਕਾ ਹੈ ਜਦੋਂ ਆਪਾਂ ਬਲੋ ਵੱਲੋਂ ਆਉਂਦੇ ਹਾਂ ਉੱਥੋਂ ਇੱਕ ਕੁੱਤਾ ਹੈ ਜਿਹੜਾ ਲਈ ਆਉਂਦਾ ਦੀ ਮੂੰਹ 'ਚ ਪਾਈ ਜਿਸ ਵੀ ਮਹਿਲਾ ਨੇ ਇਹ ਕੰਮ ਕੀਤਾ ਬਹੁਤ ਹੀ ਜ਼ਿਆਦਾ ਘਟੀਆ ਕੰਮ ਕੀਤਾ ਜਿਹਨੇ ਕਿ ਇੰਨੇ ਕੁ ਮਹੀਨੇ ਦੇ ਬੱਚੇ ਨੂੰ ਚਾਹੇ ਕਿਸੇ ਤਰ੍ਹਾਂ ਵੀ ਕੁਛ ਵੀ ਕੀਤਾ ਚਾਹੇ ਮਤਲਬ ਕੋਈ ਉਹਨੇ ਆਪਣਾ ਛੁਪਾਣ ਦੇ ਲਈ ਜਾਂ ਕਿਸੇ ਤਰ੍ਹਾਂ ਵੀ ਬਹੁਤ ਜ਼ਿਆਦਾ ਗਲਤ ਗੱਲ ਕੋਈ ਮੈਂ ਸਬਜ਼ੀ ਦੇ ਰਿਹਾ ਸੀ ਇੱਥੇ ਗਾਹਕ ਮੇਰੇ ਕੋਲ ਆਇਆ ਦੋ ਤਿੰਨ ਗਾਹਕ ਆਏ ਲੇਡੀ ਤੇ ਇੱਕ ਹੋਰ ਸੀ ਬੰਦਾ ਫੂਟ ਦੇ ਮੈਨੂੰ ਕਹਿੰਦਾ ਅੰਕਲ ਜੀ ਦੇਖਣਾ ਕੀ ਇਹ ਕੁੱਤਾ ਲੈ ਕੇ ਆਇਆ ਇਹਨੇ ਉੱਥੇ ਕੈਮਰੇ 'ਚ ਜਦੋਂ ਦੇਖਿਆ ਉਹ ਕੁੱਤੇ ਨੇ ਉੱਥੋਂ ਸਿੱੜਤਾ ਫਿਰ ਇਹਨੇ ਬਾਹਰ ਜਾ ਕੇ ਦੇਖਿਆ ਵੀ ਕੁੱਤੇ ਨੇ ਕੀ ਸਿੱਟਿਆ ਜਦੋਂ ਦੇਖਿਆ ਇਹਨੇ ਉਹ ਭਰੂਣ ਸੀਗਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹ ਕੁੱਤੇ ਕੋਲੋਂ ਬੱਚਾ ਜਿਹੜਾ ਛੁਡਵਾਇਆ ਵੀ ਜੇਕਰ ਕੋਈ ਐਸੀ ਡਾਕਟਰ ਜਾਂ ਕੋਈ ਨਰਸ ਐਸਾ ਕੋਈ ਕੰਮ ਕਰਦਾ ਫੜਿਆ ਗਿਆ ਅਸੀਂ ਕਾਨੂੰਨ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨਾਂ ਦੇ ਵਰਖਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਿਰਨਪ੍ਰੀਆ ਦੀਮਾਨ ਤੇ ਕੀ ਘਟਨਾ ਕਰਨ ਹੋਈ ਇੱਥੇ ਮਲੋਰ ਘਟਨਾ ਇੱਥੇ ਇੱਕ ਸਾਨੂੰ ਕਾਲ ਆਈ ਆ ਵੀ ਮਤਲਬ ਇੱਕ ਛੋਟਾ ਜਿਹਾ 7-8 ਮਹੀਨੇ ਦਾ ਭਰੂਣ ਸੀਗਾ ਜਿਹਨੂੰ ਕਿ ਕੁੱਤਾ ਕੜੀ ਸੀ ਫਿਰਦਾ ਸੀਗਾ ਇੱਥੋਂ ਕਾਲ ਆਈ ਆ ਬਹੁਤ ਸਾਰੇ ਲੋਕਾਂ ਦੀ ਕਿ ਆ ਕੇ ਦੇਖੋ ਤੇ ਜਦ ਅਸੀਂ ਆ ਕੇ ਦੇਖਿਆ ਉਸ ਟਾਈਮ ਮੁਲਾਜ਼ਮ ਆਏ ਹੋਏ ਸੀ ਉਹਨਾਂ ਨੇ ਕਵਰ ਕੀਤਾ ਹੋਇਆ ਸੀਗਾ ਛੋਟੇ ਜਿਹੇ ਬੱਚੇ ਦਾ ਭਰੋਣ ਹੈ ਜੋ ਕਿ ਮਤਲਬ ਕੁੱਤਾ ਕੜੀ ਸੀ ਫਿਰਦਾ ਸੀ ਕੀ ਲੱਗਦਾ ਲੜਕਾ ਸੀ ਜਾਂ ਲੜਕੀ ਸੀ ਨਹੀਂ ਉਹ ਦੇਖੋ ਪਤਾ ਨਹੀਂ ਲੱਗਾ ਕਿਉਂਕਿ ਬਿਲਕੁਲ ਹੀ ਥੋੜੇ ਥੋੜੇ ਬਾਲ ਸੀ ਮਤਲਬ ਕੁਛ ਉਹਦੀ ਪਹਿਚਾਣ ਨਹੀਂ ਆਈ ਹੈਗੀ ਕੁੱਤਿਆਂ ਨੇ ਬਹੁਤ ਬੁਰੀ ਹਾਲਤ ਉਹਦੀ ਕੀਤੀ ਹੋਈ ਸੀ ਐਂਡ ਮੈਂ ਤਾਂ ਇਸ ਚੀਜ਼ ਦੀ ਬਹੁਤ ਜ਼ਿਆਦਾ ਨਿੰਦਿਆ ਕਰਦੀ ਹਾਂ ਜਿਸ ਵੀ ਮਹਿਲਾ ਨੇ ਇਹ ਕੰਮ ਕੀਤਾ ਬਹੁਤ ਹੀ ਜ਼ਿਆਦਾ ਘਟੀਆ ਕੰਮ ਕੀਤਾ ਮੈਂ ਕਹਿੰਦੀ ਹਾਂ ਵੀ ਬਹੁਤ ਮੈਂ ਪਰਜ਼ੋਰ ਸ਼ਬਦਾਂ 'ਚ ਔਰਤ ਦੀ ਨਿੰਦਿਆ ਕਰਦੀ ਹਾਂ ਜਿਹਨੇ ਕਿ ਇੰਨੇ ਕੁ ਮਹੀਨੇ ਦੇ ਬੱਚੇ ਨੂੰ ਚਾਹੇ ਕਿਸੇ ਤਰ੍ਹਾਂ ਵੀ ਕੁਛ ਵੀ ਕੀਤਾ ਚਾਹੇ ਮਤਲਬ ਕੋਈ ਉਹਨੇ ਆਪਣਾ ਛੁਪਾਣ ਦੇ ਲਈ ਜਾਂ ਕਿਸੇ ਤਰ੍ਹਾਂ ਵੀ ਬਹੁਤ ਜ਼ਿਆਦਾ ਗਲਤ ਗੱਲ ਕੀਤੀ ਹੈ ਬਹੁਤ ਘਟੀਆ ਹਰਕਤ ਉਸ ਔਰਤ ਦੇ ਲਈ ਇਹ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੰਦਰਜੀਤ ਸਿੰਘ ਇੰਦਰਜੀਤ ਜੀ ਜਿਹੜਾ ਭਰੂਣ ਮਿਲਿਆ ਕੀ ਘਟਨਾਕ੍ਰਮ ਹੋਈ ਹੈ ਸਾਰਾ ਇਹ ਹਮਲੋ ਸਾਈਡ ਤੋਂ ਇੱਕ ਕੁੱਤਾ ਆਪਣੇ ਮੂੰਹ 'ਚ ਪਾ ਕੇ ਲੈ ਕੇ ਆ ਰਿਹਾ ਸੀਗਾ ਜੀ ਅੱਛਾ ਇਹ ਇੱਥੇ ਗਿਰ ਗਿਆ ਤੇ ਕਿੰਨੇ ਕੁ ਵਜੇ ਦੀ ਗੱਲ ਹੈਗੀ ਹੈ ਇਹ ਹੈਗੀ ਹੈ 6:54 ਦੀ ਗੱਲ ਕੀ ਤਾਂ ਲੱਗਦਾ ਜੰਮਦਾ ਬੱਚਾ ਹੈ ਜਾਂ ਕਿੱਦਾਂ ਕੀ ਲੱਗ ਰਿਹਾ ਇਹ ਭਰੂਣਾ ਤੇ ਲੱਗ ਰਿਹਾ ਅੱਛਾ ਲੜਕੀ ਹੈ ਜਾਂ ਲੜਕਾ ਹੈ ਲੜਕਾ ਹੈ ਲੜਕਾ ਕਿੰਨੇ ਕੁ ਮਹੀਨੇ ਦਾ ਹੋ ਸਕਦਾ ਜੰਮਦਾ ਬੱਚਾ ਹੈ ਜਾਂ ਕਿੱਦਾਂ ਇਹ 5-6 ਮਹੀਨੇ ਦਾ ਬੱਚਾ ਹੈ ਮੇਰਾ ਨਾਮ ਸੁਨੀਲ ਹੈ ਜੀ ਸੁਨੀਲ ਜੀ ਕੀ ਘਟਨਾ ਕਰ ਹੋਈ ਹੈ ਕਿ ਜਿਹੜਾ ਬੱਚਾ ਮਿਲਿਆ ਜਿਹੜਾ ਹੈਗਾ ਕੋਈ ਮੈਂ ਸਬਜ਼ੀ ਦੇ ਰਿਹਾ ਸੀ ਇੱਥੇ ਗਾਹਕ ਮੇਰੇ ਕੋਲ ਆਇਆ ਦੋ ਤਿੰਨ ਗਾਹਕ ਆਏ ਲੇਡੀ ਤੇ ਇੱਕ ਹੋਰ ਸੀ ਬੰਦਾ ਫੂਟ ਦੇ ਮੈਨੂੰ ਕਹਿੰਦਾ ਅੰਕਲ ਜੀ ਦੇਖਣਾ ਕਿ ਇਹ ਕੁੱਤਾ ਲੈ ਕੇ ਆਇਆ ਮੈਂ ਤਾਂ ਦੇਖਿਆ ਮੈਂ ਸਬਜ਼ੀ ਦੇ ਰਿਹਾ ਸੀ ਗਾਹਕ ਨੂੰ ਫਿਰ ਦੇਖਿਆ ਕਿ ਨਹੀਂ ਦੇਖਿਆ ਬੱਚਾ ਫਿਰ ਨਾਲ ਉਹ ਆ ਕੇ ਬਾਹਰ ਬੈਠ ਗਿਆ ਆਦਮੀ ਉਹਨਾਂ ਦੇਖਿਆ ਫਿਰ ਮੈਂ ਪੁਲਿਸ ਨੂੰ ਫੋਨ ਕਰਦੇ ਮੈਂ ਤਾਂ ਉਹਨਾਂ ਨੂੰ ਕਿਤਾ ਇਹੀ ਕੰਮ ਹੋਇਆ ਕਿੰਨੇ ਕੁ ਵਜੇ ਦੀ ਗੱਲ ਆ ਇਹ ਹੋ ਗਿਆ ਨੂੰ ਘੰਟੇ ਡੇਢ ਕੁ ਘੰਟੇ ਤੋਂ ਹੋ ਹੀ ਗਿਆ ਹੋਇਆ ਘੱਟੋ ਘੱਟ ਕੀ ਲੱਗਦਾ ਮੁੰਡਾ ਜਾਂ ਇਹ ਭਾਈ ਆਪਾਂ ਕੋਈ ਨਹੀਂ ਦੇਖਿਆ ਵੀ ਅੱਛਾ ਆਪਾਂ ਦੇਖਿਆ ਨਹੀਂ ਕੁੜੀ ਮੁੰਡਾ ਕੋ ਕੁੱਤੇ ਮੂੰਹ ਜ਼ਿਆਦਾ ਖਰਾਬ ਕੀਤਾ ਪਿਆ ਜਿਹੜਾ ਕੁੱਤਾ ਕਿਹੜੀ ਇਸ ਕੇ ਲੈ ਕੇ ਆਇਆ ਕਿੱਦਾਂ ਕੀ ਹੋਇਆ ਕੀ ਹੈ ਕੋਈ ਮੈਂ ਨਹੀਂ ਦੇਖਿਆ ਉਹ ਪੰਨੇ ਉਹ ਗਾਹਕ ਆਏ ਮੇਰੇ ਕੋਲ ਉਹਨਾਂ ਮੈਨੂੰ ਦੇਖਿਆ ਕਹਿੰਦਾ ਕੁੱਤਾ ਲੈ ਕੇ ਆਇਆ ਅੱਛਾ ਉਹਨਾਂ ਦੱਸਿਆ ਮੈਨੂੰ ਕਹਿੰਦੇ ਅੰਕਲ ਦੇਖਣਾ ਹੈ ਕੀ ਚੀਜ਼ ਹੈ ਮੈਂ ਤਾਂ ਇਨਸਾਨ ਦਾ ਬੱਚਾ ਕਿਸੇ ਦਾ ਹਾਂਜੀ ਬਸ ਇਹ ਨਾ ਹੋਇਆ ਭਾਈ ਹੋਰ ਕੋਈ ਪਿੰਡ ਪਿੰਡ ਹੋਊਗਾ ਕਿਆ ਭਾਈ ਇੱਧਰ ਆ ਗਿਆ ਮੈਂ ਇੱਧਰ ਆ ਕੇ ਮੇਰੇ ਰਸ਼ ਹੋ ਗਿਆ ਕੁੱਤੇ ਦਾ ਕੀ ਉਸ ਵਕਤ ਭਰੂਣ ਮਿਲਿਆ ਉੱਥੇ ਜਾਂ ਇਹ ਭਰੂਣ ਜਿਹੜਾ ਜਦੋਂ ਆਪਾਂ ਬਲੋ ਵੱਲੋਂ ਆਉਂਦੇ ਹਾਂ ਖੰਨੇ ਵੱਲ ਉੱਥੋਂ ਇੱਕ ਕੁੱਤਾ ਹੈ ਜਿਹੜਾ ਇਹਨੂੰ ਲਈ ਆਉਂਦਾ ਦੀ ਮੂੰਹ 'ਚ ਪਾਈ ਜਿਹਦਾ ਅਸੀਂ ਬਿਆਨ ਲਿਖਿਆ ਹੈ ਉਹ ਕੈਮਰੇ 'ਤੇ ਬੈਠਾ ਸੀਗਾ ਉਹਨੇ ਕੈਮਰੇ 'ਤੇ ਦੇਖਿਆ ਸੰਜੀਵ ਕੁਮਾਰ ਆਹ ਦੇਖੀ ਮਾੜਾ ਸੰਜੀਵ ਕੁਮਾਰ ਦੇ ਕੀ ਬਿਆਨ ਸੰਜੀਵ ਕੁਮਾਰ ਸਨ ਆਫ ਲੇਟ ਰਾਮ ਸਰੂਪ ਅਤੇ ਇਹਦੀ ਦੁਕਾਨ ਹੈ ਜਦੋਂ ਆਪਾਂ ਭਗਤ ਸਿੰਘ ਕਲੋਨੀ ਨੂੰ ਵੜਦੇ ਹਾਂ ਇਹਨੇ ਉੱਥੇ ਕੈਮਰੇ 'ਚ ਜਦੋਂ ਦੇਖਿਆ ਉਹ ਕੁੱਤੇ ਨੇ ਉੱਥੋਂ ਸਿੱੜਤਾ ਫਿਰ ਇਹਨੇ ਬਾਹਰ ਜਾ ਕੇ ਦੇਖਿਆ ਵੀ ਕੁੱਤੇ ਨੇ ਕੀ ਸਿੱਟਿਆ ਜਦੋਂ ਦੇਖਿਆ ਇਹਨੇ ਉਹ ਭਰੂਣ ਸੀਗਾ ਕਿਸ ਤਰ੍ਹਾਂ ਦੇ ਹਾਲਾਤ ਸੀ ਨੋਚਿਆ ਸੀ ਬੁਰੀ ਤਰ੍ਹਾਂ ਨਾ ਬਿਲਕੁਲ ਠੀਕ ਕਿੰਨੇ ਕੁ ਮਹੀਨੇ ਦਾ ਲੱਗਦਾ ਫਿਲਹਾਲ 7-8 ਮਹੀਨੇ ਦਾ ਡਾਕਟਰ ਸਾਹਿਬ ਨੇ ਲੜਕਾ ਜਾਂ ਲੜਕਾ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਕਾਰਵਾਈ ਅਸੀਂ ਪਰਚਾ ਦੇਤਾ ਨਾਮ ਨੂੰ ਔਰਤ ਦੇ ਪੋਸਟਮਾਰਟਮ ਕਦੋਂ ਹੋਊਗਾ ਜੀ ਕੱਲ ਨੂੰ ਹੋਊਗਾ 9 ਵਜੇ ਨਾਨੀ ਦੀ ਭਾਲ ਜਾਰੀ ਆ ਠੀਕ ਹੈ ਜੀ ਜਦੋਂ ਮਿਲ ਗਈ ਉਹ ਉਹਤੇ ਕਾਰਵਾਈ ਕੀਤੀ ਜਾਊ
ਬਾਬਾ ਜੀ ਕੀ ਘਟਨਾ ਕਰ ਹੋਈ ਹੈ ਮਲੋਹ ਰੋਡ ਤੇ ਜੀ ਇਹ ਮਲੋਹ ਤੇ ਸਾਨੂੰ ਵੀ ਅੱਧਾ ਕੁ ਪੌਣਾ ਘੰਟਾ ਪਹਿਲਾਂ ਕਾਲ ਆਈ ਸੀ ਵੀ ਕੋਈ ਜਾਨਵਰ ਕੁੱਤਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਤਕਰੀਬਨ 6-7 ਮਹੀਨੇ ਦਾ ਹੋਊਗਾ ਉਸ ਨੂੰ ਆਪਣੇ ਮੂੰਹ 'ਚ ਪਾ ਕੇ ਰੋਡ 'ਤੇ ਘੁੰਮ ਰਿਹਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹ ਕੁੱਤੇ ਕੋਲੋਂ ਬੱਚਾ ਜਿਹੜਾ ਛੁਡਵਾਇਆ ਔਰ ਸਾਨੂੰ ਮੈਸੇਜ ਦਿੱਤਾ ਅਸੀਂ ਤੁਰੰਤ ਇੱਥੇ ਪਹੁੰਚੇ ਹਾਂ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਵੀ ਜਿਸ ਵੀ ਕਿਸੇ ਨੇ ਇਹੋ ਜਿਹੀ ਖਿਲਾਉਣੀ ਹਰਕਤ ਕੀਤੀ ਹੈ ਦੇਖੋ ਧੀਆਂ ਭੈਣਾਂ ਸਾਥੀਆਂ ਸਾਂਝੀਆਂ ਨੇ ਪਰ ਐਸੀ ਹਰਕਤ ਨਹੀਂ ਹੋਣੀ ਚਾਹੀਦੀ ਜਿਸ ਨਾਲ ਪੂਰੇ ਸਮਾਜ ਦੇ ਵਿੱਚ ਲੇਡੀਜ਼ ਨੂੰ ਇਨਸਾਨੀਅਤ ਸਮਝਾਰ ਹੋਈ ਹੈ ਜਿਹੜੀ ਠੀਕ ਹੈ ਇੱਦਾਂ ਨਹੀਂ ਕਰਨਾ ਚਾਹੀਦਾ ਔਰ ਅਸੀਂ ਉਹਨਾਂ ਡਾਕਟਰਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਉਹਨਾਂ ਨਰਸਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਜੇਕਰ ਕੋਈ ਐਸੀ ਡਾਕਟਰ ਜਾਂ ਕੋਈ ਨਰਸ ਐਸਾ ਕੋਈ ਕੰਮ ਕਰਦਾ ਫੜਿਆ ਗਿਆ ਅਸੀਂ ਕਾਨੂੰਨ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨਾਂ ਦੇ ਵਰ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਸਾਡੇ ਬੱਚਿਆਂ ਨੂੰ ਸਮਾਜ ਦੇ ਵਿੱਚ ਇਹਦੀ ਜਿਹੜੀ ਹੈ ਗਲਤ ਮੈਸੇਜ ਜਾਵੇ ਅਸੀਂ ਇਹੀ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਜੋ ਇਹ ਹੋਇਆ ਉਸਦੀ ਡੂੰਘਾਈ ਤੱਕ ਤਫਤੀਸ਼ ਕੀਤੀ ਜਾਵੇ ਵੀ ਕਿਵੇਂ ਹੋਇਆ ਕਿੱਥੋਂ ਹੋਇਆ ਹੈ ਔਰ ਉਸਦੇ ਵਰ ਖਿਲਾਫ਼ ਬਣ ਦੀ ਕਾਨੂੰਨੀ ਕਾਰਵਾਈ ਕੀਤੀ ਬਾਬਾ ਜੀ ਇਹ ਵਾਰਡ ਦੇ ਤੁਸੀਂ ਕੌਂਸਲਰ ਹੋ ਹਾਂਜੀ ਹਾਂਜੀ ਵਾਰਡ ਨੰਬਰ 17 ਦੇ ਮੈਂ ਕੌਂਸਲਰ ਹਾਂ ਸਾਨੂੰ ਮੈਸੇਜ ਮਿਲਿਆ ਸਾਡਾ ਭਰਾ ਨੀਨੂ ਜੀ ਸਾਡੀ ਭੈਣ ਪ੍ਰਿਆ ਧਮਾਨ ਜੀ ਸਾਨੂੰ ਸਾਰਿਆਂ ਨੂੰ ਮੈਸੇਜ ਗਿਆ ਵੀ ਰੋਡ 'ਤੇ ਇਹ ਬਹੁਤ ਵੱਡਾ ਜਿਹੜਾ ਘਟਨਾ ਹੋਈ ਹੈ ਵੀ ਤੁਸੀਂ ਪਹੁੰਚੋ ਅਸੀਂ ਫੌਰਨ ਲੱਗੇ ਪਹੁੰਚੇ